हाँ जी प्रधान जी, अज तुसी काठगढ़ पुलिस स्टेशन में आए हो सारे जने किसान कट्ठे हो के, की गल दसो जो बड़ी जानकारी दो जरा जी। अज असीं जी कई दिन तो प्रोग्राम बना रहे सी ते साडे जिहड़े इह परमिंदर अपने परमिंदर सिंह जी होर आए आ SHO काठगढ़, इन्हां दी जिहड़ी कारगुजारी आ ਉਹ ਬਹੁਤ ਵਧੀਆ ਸ਼ਲਾਘਾਯੋਗ ਆ। ਅੱਛਾ। ਔਰ ਜਿੱਦਾਂ ਨਸ਼ਿਆਂ 'ਤੇ ਕੰਟਰੋਲ ਕਰ ਰਹੇ ਆ, ਨੱਥ ਪਾ ਰਹੇ ਆ, ਔਰ ਜਿਹੜਾ ਮੇਨ ਜਿਹਦਾ ਫੜਨਾ ਉਹਨੂੰ ਤਾਂ ਫੜਨਾ ਪੈਣਾ, ਸਪਲਾਇਰ ਤੱਕ ਵੀ ਕੋਸ਼ਿਸ਼ ਕਰਦੇ ਪਹੁੰਚਣ ਦੀ। ਲੇਕਿਨ ਅਸੀਂ ਮੈਂ ਆਪਣੇ ਜ਼ਿਲ੍ਹੇ ਦੇ SSP ਸਾਹਿਬ ਨੂੰ ਔਰ DSP ਸਾਹਿਬ ਨੂੰ, ਇਹਨਾਂ ਸਾਰਿਆਂ ਨੂੰ ਇਹ ਬੇਨਤੀ ਕਰਦਾ, ਸਰਕਾਰ ਨੂੰ ਵੀ ਕਰਦਾ, ਵੀ ਇੱਦਾਂ ਦੇ ਇਮਾਨਦਾਰ ਅਫਸਰ ਸਾਨੂੰ ਚਾਹੀਦੇ ਲਾਜ਼ਮੀ, ਤਾਂ ਕਿ ਸਾਡਾ ਜਿਹੜਾ ਆਉਣ ਵਾਲਾ ਜਿੱਦਾਂ ਨਸ਼ਿਆਂ ਦੇ ਵਿੱਚ ਅਸੀਂ ਸਾਡੇ ਜਿਹੜੀ ਬੱਚੇ ਅੱਜ ਗਲਤਾਨ ਹੋ ਰਿਹਾ ਉਹਨਾਂ ਦਾ ਬਚਾਅ ਹੋ ਸਕਦਾ, ਇੱਦਾਂ ਦੇ ਅਫਸਰ ਲੱਗਣ, ਤਾਂ ਕਿ ਸਰਕਾਰ ਦੀ ਕੋਸ਼ਿਸ਼ ਚਾਹੀਦੀ ਆ ਵੀ ਵੱਧ ਤੋਂ ਵੱਧ ਇਮਾਨਦਾਰ ਅਫਸਰ ਲੱਗਣ, ਔਰ ਇਹ ਵੀ ਤਨਦੇਹੀ ਨਿਵਾਉਣ, ਤਾਂ ਕਿ ਸਾਡਾ ਜਿਹੜਾ ਏਰੀਆ ਆ ਇਹ ਸਾਡਾ ਇੱਕ ਤਾਂ ਪਹਿਲਾਂ ਗਰੀਬੀ ਸੀਗੀ ਬਹੁਤ ਜ਼ਿਆਦਾ, ਲੇਕਿਨ ਕੁਛ ਬੱਚੇ ਗਲਤ ਪਾਸੇ ਚੱਲ ਗਏ, ਗਾਈਡ ਹੋ ਗਏ ਕਿੱਦਾਂ ਵੀ ਹੋ ਗਿਆ, ਲੇਕਿਨ ਉਹਨਾਂ 'ਤੇ ਕੰਟਰੋਲ ਕਰਕੇ ਸਮਝਾ ਕੇ ਕਿਸ ਤਰ੍ਹਾਂ ਵੀ ਉਹਨਾਂ ਨੂੰ ਮੁੜ ਕੇ ਵਾਪਸ ਲਿਆਂਦਾ ਜਾਣਾ ਚਾਹੀਦਾ, ਤਾਂ ਕਿ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਇੱਥੇ ਜਿੱਦਾਂ ਬੱਚਾ ਕੋਲ ਰਹਿਣ ਨੂੰ ਅੱਜ ਤਿਆਰ ਨਹੀਂ, ਸਾਰੇ ਵਿਦੇਸ਼ ਨੂੰ ਦੌੜੇ ਹੋਏ ਆ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਦ ਇੱਥੇ ਬੱਚਾ ਨਹੀਂ ਹੋਊਗਾ ਤਾਂ ਕਾਰੋਬਾਰ ਕਿੱਦਾਂ ਚੱਲੂਗਾ ਜੀ। ਤੁਹਾਡਾ ਮਤਲਬ ਤੁਸੀਂ ਇਹਨਾਂ ਦੇ ਜਿਹੜੇ ਜਿੰਨੇ ਜਦੋਂ ਦੇ ਆਏ ਹੋ ਇਹਨਾਂ ਜਿਹੜੀਆਂ ਰਿਕਵਰੀਆਂ ਕੀਤੀਆਂ ਨੇ ਉਹ ਤੋਂ ਕਾਫੀ ਤੁਸੀਂ ਸਾਰੇ ਇਲਾਕੇ ਵਾਲੇ ਕਿਸਾਨ ਜਾਂ ਹੋਰ ਬੰਦੇ ਪ੍ਰਸੰਨ ਨੇ ਇਹਨਾਂ ਤੋਂ? ਮੈਂ ਤਾਂ ਫੋਨ ਕਰਕੇ ਸਾਰੇ ਜ਼ਿਲ੍ਹੇ ਦੇ ਵਿੱਚ ਬੰਦੇ ਇਦਾਂ ਦੇ ਹੋਣੇ ਚਾਹੀਦੇ ਇਮਾਨਦਾਰ ਅਫਸਰ, ਇਹਨਾਂ ਨੇ ਜਦੋਂ ਦੇ ਵੀ ਆਏ ਨੇ ਕਾਫੀ ਰਿਕਵਰੀਆਂ ਕੀਤੀਆਂ ਇਹਨਾਂ ਨੇ, ਜਿਹੜੀ ਕਿ ਹੁਣ ਤੱਕ ਕਿਸੇ ਥਾਣੇਦਾਰ ਨੇ ਇੰਨੀ ਕੀਤੀ ਨਹੀਂ ਹੈ ਜਿੰਨੀ ਇਹਨਾਂ ਨੇ ਰਿਕਵਰੀ ਕੀਤੀ। ਉਸ ਨੂੰ ਕਰਕੇ ਬੱਚੇ ਭਾਜੀ ਸਾਡਾ ਭਵਿੱਖ ਆ ਜੀ, ਆਉਣ ਵਾਲੀ ਸਾਡੀ ਸ਼ਾਨ ਉਹ ਆ ਜੀ, ਤੇ ਸਾਡੇ ਬੱਚੇ ਗਲਤ ਪਾਸੇ ਰੁਲ ਗਏ, ਇਹਨਾਂ ਵਰਗੇ ਅਫਸਰ ਆਣ ਜਿਹੜੇ ਨਸ਼ੇ ਨੂੰ ਠੱਲ ਪਾਣ ਤੇ ਸਾਡੇ ਬੱਚੇ ਸਾਡੇ ਪਰਿਵਾਰ ਵਿੱਚ ਰਲ ਮਿਲ ਕੇ ਖੁਸ਼ੀ ਰਹਿਣ ਜੀ, ਤੇ ਸਾਰੇ ਏਰੀਏ ਦੇ ਆਪਣਾ ਜਿੰਨੇ ਵੀ ਆ ਸਾਰੇ ਇਹਨਾਂ ਦਾ ਕੋਟੀ ਕੋਟ ਇਹਨਾਂ ਦਾ ਧੰਨਵਾਦ ਕਰ ਰਹੇ ਹਾਂ ਜੀ ਜੋ ਇਹ ਨਸ਼ੇ ਨੂੰ ਨੱਥ ਪਾ ਰਿਹਾ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ।